ਕਿਆਮਤ ਵਾਲੇ ਦਾ ਦਰਵਾਜ਼ੇ ਦੇ ਕਰੀਬ ਆਵੇ ਆ ਹੁਸੈਨ ਅੱਖਾਂ ਸਾਫ ਕਰਿਆ ਦਰਜਾਤ ਬੁਲੰਦ ਹੋਏ ਨੇ ਮੇਰੇ ਬਾਬੇ ਦੇ ਉੱਪਰ ਦੇ ਨਾਂ ਦੇ ਲੱਖ ਵਾਰ ਫਿਰਾ ਅੱਖਾਂ ਸਾਫ ਪੇ ਕਰਨ ਮੇਰਾਵਾਂ ਦੀ ਨੂੰ ਨਹੀਂ ਅੱਖਾਂ ਭੈਣ ਤੂੰ ਛੱਪ ਨਹੀਂ ਸਕਦੀਆਂ ਉਹ ਭੈਣ ਬਿਰਾ ਦੇ ਚਿਹਰੇ ਤੋਂ ਡਿੱਠੇ ਜਿਹੜੇ ਬਿਰਾ ਦੇ ਚਿਹਰੇ ਦੀ ਆਸ਼ਿਕ ਹੈ ਬਿਰਾ ਦੇ ਗਲ ਚ ਮਾਂ ਪਾ ਕੇ ਆਦੀ ਵੱਤ ਕਹਿ ਰੁਆਈ ਕਿਉਂ ਬਦਰ ਉਹਨੇ ਤੇਰੇ ਰੋਵਣ ਦੀ ਵਜ੍ਹਾ ਤੂੰ ਮੈਂ ਨਾਨੇ ਦਾ ਸ਼ਹਿਰ ਛੋੜੇ ਹੁਸੈਨ ਵੀਰ ਕਿਹੜਾ ਦੁੱਖ ਹੈ ਜਿਹੜੇ ਦੁੱਖ ਤੇਰੀ ਭੈਣ ਸ਼ਾਮਿਲ ਨਹੀਂ ਕਿਹੜਾ ਦੁੱਖ ਹੈ ਜਿਹੜਾ ਦੁੱਖ ਭੈਣ ਤੂੰ ਵੱਖਰਾ ਰੋਂਦਾ ਹੈ ਨਾਨੇ ਕੋਲੋਂ ਨੇ ਮਨੇਂਦੀਆਂ ਤੇ ਕੋ ਨਾਨਾ ਮੁੰਡੀਆਂ ਤੇ ਚਾ ਕੇ ਮਦੀਨੇ ਦੀਆਂ ਗਲੀਆਂ ਦੀ ਸੈਰ ਕਰਨ ਦਾ ਹਾਈ ਜਦੋਂ ਵਾਪਸ ਵੱਲ ਆਈ ਤਾਂ ਹੱਥ ਮੇਰੇ ਵਿੱਚ ਉਮਦਾ ਹੈ ਮਾਂ ਦੀਆਂ ਦੁੱਖਾਂ ਕੋਲੋਂ ਨਾ ਹੋਵੇ ਤੂੰ ਸੁਣਨਾ ਹਾਵੇਂ ਤੇਰੀ ਮਾਂ ਦਾ ਪਾਸਾ ਜ਼ਖਮੀ ਆਈ ਮੈਂ ਪੱਟੀਆਂ ਰੱਖਦੀ ਰਹੀ ਹਾਂ ਬਾਬੇ ਕਰਾਉਂਦਾ ਹੋਵੇ ਤੈਂ ਜ਼ਰਾ ਬਲਗਦੀ ਨਹੀਂ ਡਿੱਠੀ ਮੈਂ ਜ਼ਖਮ ਧੋਏਂਦੀ ਰਹੀ ਹਾਂ ਹਸਨ ਕਰਾਉਂਦਾ ਹੋਵੇ ਤੈਂ ਤੀਰ ਲੱਗਦੇ ਡਿੱਠਣ ਮੈਂ ਤੀਰ ਛਕੇਂਦੀ ਰਹੀ ਹਾਂ ਹੋਵੇ ਸ਼ੀਆ ਤੇ ਹੈ ਨਾ ਕਰੇ ਬਾਬਾ ਜੀ ਮਨ ਨਾ ਸੰਗਦਾ ਬੀਬੀ ਆਦੀ ਧੀ ਦੇ ਵਿਛੋੜੇ ਕਰਾਉਂਦਾ ਹੋਵੇ ਤੇਰੀ ਹੀ ਕਰਾਉਂਦੀ ਰਹੀ ਮੇਰੀਆਂ ਡੂਹ ਰਾਉਂਦੀਆਂ ਨਹੀਂ ਭਲਾ ਆਉਣੇ ਮੈਂ ਨੌਕਰ ਬਾਬਾ ਜੀ ਕਿਹੜਾ ਦੁੱਖ ਹੈ ਜਿਹੜੇ ਦੁੱਖ ਤੇਰੀ ਭੈਣ ਸ਼ਾਮਿਲ ਨਹੀਂ ਆਦੇ ਅਮਨ ਜਾਈ ਮਦੀਨਾ ਛੋੜੇ ਮੱਕੇ ਆਇਆ ਅਮਨ ਦੀ ਜਾ ਸਮਝ ਕੇ ਲੋਕ ਹਾਜਿਆਂ ਵਾਲਾ ਲਿਬਾਸ ਪਾ ਕੇ ਮੇਰੇ ਕਤਲ ਦੀ ਸਲਾਹ ਵਧ ਕਰੇ ਨਨ ਬਾਬਾ ਜੀ ਜ਼ਾਕਰ ਤੁਰ ਵੈਂਦਨ ਲਵ ਛੋੜ ਵੈਂਦਨ ਮੂਮਿੰਟ ਤੁਰ ਵੈਂਦੇ ਆਪਣੇ ਰੋਵਣ ਵਾਲੀ ਜਗ੍ਹਾ ਛੋੜ ਵੈਂਦੇ ਬਾਅਦ ਵਿੱਚ ਮੂਮਿੰਟ ਯਾਦ ਕਰ ਬਾਂਧਨ ਫੁਲਾਂ ਮੂਮਿੰਟ ਫੁਲਾਂ ਜਗ੍ਹਾ 'ਤੇ ਬਾਂਧਾ ਹੀ ਈ ਰੋਂਦਾ ਹੀ ਈ ਮਾਤਮ ਕਰੇਂਦਾ ਹੀ ਅਗਲੀ ਸਤਰ ਮੇਰੀ ਨਹੀਂ ਦਰਜਾਤ ਬੁਲੰਦ ਹੋਏ ਨੇ ਬਾਬੇ ਸਾਬਿਰ ਹੁਸੈਨ ਸਾਹਿਬ ਅੱਲੇ ਦੇ ਉਹ ਪੜ੍ਹਦੇ ਰਹਿੰਦੇ ਨੇ ਇਤਨਾ ਕਹਿਣ ਦਾ ਹੌਸਲੇ ਵਾਲਾ ਫਿਰਾ ਕੋਈ ਨਹੀਂ ਜਿਤਨੀ ਹੁਸੈਨ ਦੀ ਹੌਸਲੇ ਵਾਲੀ ਭੈਣ ਮੇਰਾ ਦੇ ਗੱਲ ਚ ਮਾਂ ਪਾ ਕੇ ਆਦੀ ਵੱਧ ਭੈਣਾਂ ਦੇ ਸਾਹਮਣੇ ਰੋਂਦਾ ਕਿਉਂ ਹੈ ਜਿਵੇਂ ਨਾਨੇ ਦਾ ਸ਼ਹਿਰ ਛੋੜੀਏ ਵੀ ਛੋੜ ਦੇ ਆਦੇ ਅਮਨ ਜੀ ਮੈਂ ਬਚਾਉਣੇ ਨਾਨੇ ਦਾ ਦੀਨ ਦੀਨ ਤੇ ਹੇਤ ਚਾਰ ਚੀਜ਼ਾਂ ਦੀ ਜ਼ਰੂਰਤ ਮੇਰੇ ਨਾਲ ਹਿੰਦ ਚਾਰ ਅਲੀ ਅਗਰ ਮੈਂ ਚਾਰ ਨਾਲ ਘਿਣ ਵਜਾਂ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਦਾ ਮੇਰੇ ਨਾਨੇ ਨਾਲ ਮੇਰਾ ਇੱਕ ਬਾਬਾ ਅਲੀ ਹੈ ਉਹਦੀ ਜ਼ਮਾਨੇ ਤੇ ਤੱਕ ਨਹੀਂ ਪਹੁੰਚ ਮੇਰੇ ਨਾਲ ਚਾਰ ਬੀਬੀ ਆਦੀ ਪਹਿਲੇ ਦੱਸਾ ਦੀਨ ਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੈਯਦਾ ਦੇ ਅਕਬਰ ਦੀ ਜਵਾਨੀ ਤੂੰ ਚਾ ਕੇ ਆਖਰੀ ਕੁਰਬਾਨੀ ਉਸ ਛੀ ਆ ਮਹੀਨਾ ਦਾ ਅਲੀ ਅਸਗਰ ਹੁਸੈਨ ਫਰਮੈਂਦੇ ਮੈਂ ਸਜਦੇ ਸਰ ਰੇਸਾਂ ਤੇ ਕੁ ਦੀਗਰ ਲੈ ਚਾਦਰ ਦੇਵਣੀ ਪੋਸੀ ਜਿਹੜਾ ਮੋਮਿਨ ਅੱਜਣ ਤੱਕ ਹਾਈ ਨਹੀਂ ਕਰ ਸੰਗਾ ਹੁਸੈਨ ਫਰਮੈਂਦੇ ਚਾਰੇ ਮੇਰੇ ਨਾਲ ਹੋਵੇ ਨਾ ਚਾਦਰ ਲਹਾਉਣ ਤੋਂ ਦੂਰ ਦੀ ਗੱਲ ਹੈ ਕਹਿਣ ਦੀ ਜ਼ਰੂਰਤ ਹੀ ਨਹੀਂ ਸਖਣਾ ਕੋਈ ਤੇਰੀ ਚਾਦਰ ਤੋਂ ਦੇਖੇ ਜਾ ਬਲਾ ਯਾਰ ਬਲਾ ਉਹਨੇ ਜਿਹਨਾਂ ਹਾਈ ਕੀਤੀ ਅਲੀ ਦੀ ਧੀ ਰਾਜ ਨੂੰ ਬੀਬੀ ਆਦੀ ਨਾ ਚਾਹ ਮੈਂ ਤੇਰੀ ਆਦੀ ਬਹਿਵਾਲਾ ਸਲਾਹ ਮੈਂ ਦੇਸਾਂ ਹੁਸੈਨ ਫਰਮੈਂਦੇ ਪਹਿਲਾ ਮੁਹੰਮਦ ਹਨਫੀਆ ਬੀਬੀ ਆਦੀ ਠੀਕ ਹੈ ਦੂਜਾ ਮੁਸਲਿਮ ਬੀਬੀ ਆਦੀ ਠੀਕ ਹੈ ਤ੍ਰੀਜਾ ਅਬਾਸ ਬੀਬੀ ਆਦੀ ਠੀਕ ਹੈ ਭੈਣ ਦੀ ਗੱਲ ਚ ਮਾਂ ਪਾ ਕਹਿ ਦੇ ਜੇ ਮੇਰੇ ਕੋਲ ਪੁੱਛੇ ਤਾਂ ਘੱਟ ਮੇਰਾ ਸਜਾ ਦੀ ਨੀ ਵੀ ਭਲਾ ਹੁਣ ਯਾਰ ਬੜੇ ਦਰਦਾਂ ਨੇ ਲੋਕ ਬੀਬੀ ਆਦੀ ਮੁਹੰਮਦ ਕੋ ਵਾਪਸ ਮਦੀਨੇ ਭੇਜ ਮੁਸਲਿਮ ਕੋ ਆਪਣਾ ਵਕੀਲ ਬਣਾ ਕੇ ਕੂਫਾ ਭੇਜ ਬੀਬੀ ਆਦੀ ਹੀਕ ਬੈਸੀ ਅੱਬਾਸ ਬੀਆ ਬੈਸੀ ਸਜਾ ਤੁਹਾਡੀ ਲੁੜਦੀ ਹਾਂ ਦੀ ਕਸਮੇ ਬਿਰਾ ਦੀ ਡਾੜੀ ਚੁੰਮ ਕੇ ਆਦੀ ਤੂੰ ਨਾ ਰੋ ਅੱਬਾਸ ਦੀ ਜ਼ਾਮਿਨ ਮਾਇਆ ਭਲਾ ਹੁਣ ਯਾਰ ਭਲਾ ਉਹਨੇ ਅਲੀ ਦੀ ਧੀ ਰਾਜ਼ੀ ਹੋਵੇ ਚਲੋ ਤੇਰੇ ਵੈਣ ਬੁਲੰਦ ਹੋ ਗਏ ਜਵਾਨੀ ਹੋ ਵੀ ਤਾਂ ਬਾਬਾ ਜੀ 170 ਬਈ ਆਦਾਂ ਜਿਤਨੇ ਅਜ਼ਾਦਾਰ ਵੈਣ ਕਰਕੇ ਰੋਂਦੇ ਪਏ ਹੋ ਫਿਰ ਆਦੀ ਦਾੜੀ ਚੁੰਮ ਕੇ ਆਦੀ ਤੂੰ ਨਾ ਰੋ ਜੈਨ ਦੀ ਜ਼ਾਮਿਨ ਮੈਂ ਆ ਕਹਿ ਮੰਜ਼ਲ ਤੇ ਖੈਮ ਨ ਪਟੇ ਮੈਂ ਆ ਪਟੇ ਸਾਂ
ਤੇ ਜਿੰਦਾ ਜ਼ਾਮਨ ਤੂੰ ਹੈ ਤੇ ਮੋੜ ਤੇ ਨਟੁਰਾ ਮੈਂ ਤੇਰੀ ਸੰਗ ਲਾ ਕੇ ਆਸਾ ਉਹ ਤੂੰ ਤਾਂ ਨਹੀਂ ਮੈਂ ਥੱਕ ਪਈ ਆ ਬਲਾਉਣ ਯਾਰ ਬਲਾਓ ਅਲੀ ਦੀ ਧੀ ਰਾਜ਼ੀ ਹੋ ਕੁਰਸੀਆਂ ਲੱਗ ਗਈਆਂ ਹਾਸ਼ਮ ਜਵਾਨ ਇਕੱਠੇ ਥੀ ਗਏ ਸਫਦਰ ਬੇਰਾ ਨਾਰਾਜ਼ ਨਥੀ ਮੈਂ ਪਾਕ ਮਿੰਬਰੇ ਗਾਜ਼ੀ ਦਾ ਅਲਮ ਗਵਾਏ ਅਗਰ ਜਨਾਜ਼ੇ ਨਾ ਹੁੰਦੇ ਮੈਂ ਬਿਲਕੁਲ ਮੁਕਤਸਰ ਚ ਪੜਾਂ ਜਿੱਥੇ ਤਰਾਏ ਜਨਾਜ਼ੇ ਆਉਂਦੇ ਉੱਥੇ ਜਲਦੀ ਨਹੀਂ ਕਰੇ ਮਤ ਕਹਿ ਮੋਮਿਨ ਦੀ ਹਸਰਤ ਰਹਿ ਵੰਜੇ ਮੇਰੀ ਇਤਨੀ ਔਕਾਤ ਨਹੀਂ ਜੋ ਮੋਮਿਨ ਮੇਰੇ ਤੇ ਨਾਰਾਜ਼ ਵੰਜੇ ਕੁਰਸੀਆਂ ਲੱਗ ਗਈਆਂ ਹਾਸ਼ਮੀ ਜਵਾਨ ਇਕੱਠੇ ਥੀ ਗਏ ਹੁਸੈਨ ਫਰਮਾਉਂਦੇ ਮੁਹੰਮਦ ਵੀਰ ਤੇ ਵਾਪਸ ਮਦੀਨੇ ਵੰਜਣੇ ਕਦਮਾਂ ਤੇ ਹੱਥ ਰੱਖਿਆ ਦੇ ਸਰਦਾਰ ਮੈਂ ਮਦੀਨੇ ਤੁਹਾਡੀ ਕਿਨ ਤਿਆਰੀ ਸੈਯਦਾ ਦੇ ਮੈਂ ਅਕਬਰ ਦੀ ਬਰਾਤ ਗਿਣ ਕੇ ਸ਼ਰੀਫ ਭੇਣ ਕੁਨਾ ਲਾ ਕੇ ਮੱਕਾ ਛੋੜ ਕੇ ਕਰਬਲਾ ਪਿਆ ਮੈਂ ਨਾ ਕਦਮਾਂ ਤੇ ਹੱਥ ਰੱਖਿਆ ਦੇ ਕਿੱਥੋਂ ਦਾ ਕਾਨੂੰਨ ਹੈ ਭਤਰੀਜੇ ਦੀ ਸ਼ਾਦੀ ਹੋਵੇ ਚਾਚਾ ਵਤਨ ਤੇ ਵੱਲ ਵੰਜੇ ਸੈਯਦਾ ਦੇ ਸ਼ਾਦੀ ਚ ਮਰਦ ਥੋੜੇ ਹੋ ਸਨ ਮਜ਼ਦੂਰ ਢੇਰ ਹੋ ਸਨ ਬਾਬਾ ਜੀ ਆਦੇ ਇਮਾਮਤ ਦੇ ਹੁਕਮ ਤੋਂ ਹਟ ਕੇ ਇਮਾਮਤ ਦੇ ਰੋਗ ਤੋਂ ਹਟ ਕੇ ਮੇਰੀ ਤੁਹਾਡੇ ਤੇ ਕੋ ਹੁਜ ਵੀ ਲੱਗਦੀ ਹੈ ਸੈਯਦਾ ਦੇ ਤੂੰ ਮੇਰਾ ਸੱਕਾ ਵੀਰ ਹੈ ਆਦੇ ਵੀਰ ਹੋਣ ਦੀ ਅਸੀਅਤ ਨਾਲ ਗੱਲ ਕਰਾਂ ਨਾਰਾਜ਼ ਤਾਂ ਨਹੀਂ ਸੋ ਹੁਸੈਨ ਫਰਮਾਉਂਦੇ ਮੰਗ ਕਦਮਾਂ ਤੇ ਹੱਥ ਰੱਖਿਆ ਦੇ ਮੈਂ ਕੋ ਵਤਨ ਵੀ ਜਿਹਨੇ ਆਉਂਦੀਆਂ ਧੀਆਂ ਦੇ ਮਾਮਲ ਦੀ ਮਹਾਰ ਮੈਂ ਕੁੜੇ ਜਿਹੜੀ ਪਿਓ ਦੇ ਬਾਅਦ ਪਿਓ ਦੇ ਦਰਬਾਰ ਚ ਖਾਲੀ ਹੋਈ ਵਾਹ ਬਾਈ ਵਾਹ ਬਾਈ ਵਾਹ ਜੁੜ ਗਿਆ ਹੋ ਯਾਰ ਤੁਸੀਂ ਜੁੜ ਗਿਆ ਹੋ ਬਾਬਾ ਭਲਾ ਹੋ ਜਵਾਨੀ ਹੋ ਬਹਿਣਾ ਨਸੀਬ ਹੋਵੇ ਜੀ ਮੈਂ ਨੌਕਰ ਬਾਬਾ ਜੀ ਨੌਕਰ ਹਾਂ ਹੱਥ ਨਾ ਮੰਨੋ ਮੈਂ ਨੌਕਰ ਹਾਂ ਸੈਯਦਾ ਦੇ ਇਮਾਮ ਹੋ ਕੇ ਹੁਕਮ ਨੇ ਨਾ ਤੁਰ ਮੰਨ ਇਮਾਮਤ ਦਾ ਨਾਮ ਹੈ ਜਿਸਮ ਕੰਬੇ ਦੋ ਕਦਮ ਪਿੱਛਾ ਤੇ ਮੁਸਲਿਮ ਵੀਰ ਤੇ ਕੂਫਾ ਵੰਜਣੇ ਮੌਲਾ ਮੇਰੇ ਹਿੱਸੇ ਸ਼ਹਾਦਤ ਕੋਈ ਨਹੀਂ ਸੈਯਦਾ ਦੇ ਹੁਸੈਨ ਹੋ ਕੇ ਵਾਅਦਾ ਪਿਆ ਕਰੇ ਨਾ ਪਹਿਲਾ ਸ਼ਹੀਦ ਹੀ ਤੂੰ ਹੋ ਸੈ ਮੌਲਾ ਇੱਥੋਂ ਵੰਜਣੇ ਸੈਯਦਾ ਦੇ ਕੱਲਾ ਨਹੀਂ ਜੋੜੀ ਪੁੱਤਰਾਂ ਦੀ ਨਾ ਹੁਸੈਨ ਦਾ ਵਕੀਲ ਦੋ ਕਦਮ ਪਿੱਛਾ ਟੇ ਬਾਕੀ ਬਾਬਾ ਜੀ ਕਿਤਨੇ ਅਲੀ ਬਚੇ ਦੋ ਸੈਯਦਾ ਦਾ ਤੂੰ ਤਰਤੀਬ ਮੁਤਾਬਿਕ ਵਾਰੀ ਕਹਿੰਦੀ ਹੈ ਤਰਤੀਬ ਮੁਤਾਬਿਕ ਉਤੋਂ ਵਾਰੀ ਹੈ ਜਨਾਬੇ ਅਬਾਸ ਦੀ ਇਸ ਪਿੰਡਾਲ ਦੇ ਵੀ ਸਾਡੇ ਸੁੰਨੀ ਬਿਰਾਏ ਬੈਠਣ ਜਿਹਦੇ ਅਲਮ ਤਲੇ ਮੰਨ ਕੇ ਸੁੰਨੀ ਸ਼ੀਆ ਮੰਤਾ ਮੰਨਦੇ ਹੋ ਅੱਜ ਜ਼ਿੰਦਗੀ 'ਚ ਪਹਿਲੀ ਦਫ਼ਾ ਜਨਾਬ ਅੱਬਾਸ ਹੱਥ ਉੱਤੋਂ ਚਾਹੀ ਖੜੇ ਅੱਲਾ ਕਰੇ ਮੈਂ 70 ਸਮਝਾ ਕੇ ਨਾ ਜ਼ਿੰਦਗੀ ਜਨਾਬ ਅੱਬਾਸ ਪਹਿਲੀ ਦਫ਼ਾ ਹੱਥ ਉੱਤੋਂ ਚਾਹੀ ਖੜੇ ਅਤੇ ਉੱਤੋਂ ਮੂੰਹ ਕਰਕੇ ਆਦੇ ਮੇਰਾ ਅੱਲਾ ਤੇ ਵਾਸਤੇ ਹੁਸੈਨ ਦੀ ਮਾਂ ਦੇ ਖਾਲੀ ਵੱਲਣ ਦਾ ਇਨਸ਼ਾਅੱਲਾ ਮੈਂ ਕੋ ਕਿਨੇ ਹੀ ਨਾ ਭੇਜੇ ਵਾਹ ਬਾਈ ਵਾਹ ਵਾਹ ਬਾਈ ਵਾਹ ਜਵਾਨੀ ਹੋ ਗਈ ਵੇ ਮਾਂ ਕੋ ਨਸੀਬ ਹੋਵੇ ਬਹਿਣ ਨਸੀਬ ਹੋਵੇ ਰਾਜਵਾਨੀ ਮਾਣੇ ਭੈਣ ਮੇਰਾ ਕੁਰੰਦ ਰਿੱਠੇ ਇਵੇਂ ਆਈ ਜਿਵੇਂ ਝਿੱਕ ਵਾਲੇ ਪਾਸੇ ਪਾਣੀ ਆਉਂਦੇ ਅੱਬਾਸ ਤੂੰ ਕਿਉਂ ਰੋਨੇ ਤੇਰੇ ਆਸਰੇ ਤੇ ਮੈਂ ਵਤਨ ਛੋੜੇ ਜਿਨ ਤੇਰਾ ਰਾਹ ਭੈਣ ਦਾ ਰਾਹ ਨਹੀਂ ਹੋ ਸੀ ਮੈਂ ਦਰਾਂ ਨਾ ਜਣ ਹਰ ਕੋਈ ਵਸਦਾ ਪਿਆ ਤੇ ਲਾਹੌਰ ਦੀ ਮਲਕਾ ਪਹਿਲੇ ਉਜੜੀ ਬੀਬੀ ਪੁੱਤਰਾਂ ਦੀ ਤਿਆਰੀ ਕਰੀ ਸਰ ਤੇ ਅਮਾਮੇ ਜਨਾਬ ਫਿਜ਼ਾ ਮੰਨ ਕੇ ਇਤਲਾਹ ਦਿੱਤੀ ਸਭ ਪਰਦਾਦਾਰ ਇਕੱਠੇ ਥੇ ਈ ਤਰੀਕੇ ਨਾਲ ਬਾਬਾ ਜੀ ਦਰਮਿਆਨ ਪੁੱਤਰ ਈ ਤਰੀਕੇ ਨਾਲ ਪਰਦਾਦਾਰ ਪਰਦਾਦਾਰ ਰੋਂਦਨ ਪੁੱਤਰ ਰੋਂਦੇ ਛੋਟੇ ਪੁੱਤਰ ਦਾ ਮੂੰਹ ਚੁੰਮਿਸ ਮੇਰੇ ਲਾਲ ਨਾ ਤਾਂ ਫੁੱਫੀਆਂ ਤੋਂ ਦੇਖਣੇ ਨਾ ਤਾਂ ਭੈਣਾਂ ਤੋਂ ਦੇਖਣੇ ਨਾ ਤਾਂ ਮੈਰੋ ਦੇਖਣੇ ਤੈਂ ਫਕਤ ਵੱਡੇ ਭੇਰਾ ਤੇ ਨਿਗਾਹ ਰੱਖਣੀ ਕਿੱਥਾਂ ਵੱਡੇ ਭੇਰਾ ਕੋ ਦੇਖ ਹੁਣ ਛੋਟੇ ਸ਼ਹਿਜ਼ਾਦੇ ਬਾਬਾ ਜੀ ਵੱਡੇ ਭੇਰਾ ਕੋ ਦੇਖਣਾ ਸ਼ੁਰੂ ਕੀਤੇ ਤੇਰੀ ਅੱਖ ਜਾਣੇ ਲਾਹੌਰ ਦੀ ਮਲਕਾ ਦੀ ਮੋਹਰ ਜਾਣੇ ਹੁਣ ਵੱਡੇ ਪੁੱਤਰ ਦਾ ਮੂੰਹ ਚੁਮਕਿਆ ਦੀ ਮੇਰੇ ਲਾਲ ਸਾਹਮਣੇ ਫੁੱਫੀਆਂ ਖੜੇ ਨੀ ਇਹ ਮਾਸੇ ਖੜੇ ਨੀ ਇਹ ਦਾਈਆਂ ਖੜੇ ਨੀ
ए भेण खड़े नी, मैं बुढ़ड़ी मां सामने खड़ी हां, निक्का भेरा तरड़े दा खड़े रो नहीं, एक दफा चोला लहा विसाई। वाह भाई वाह, वाह भाई वाह, देवे लाहौर दी मलका को कौन देवे। एक दफा चोला लहा भी सही, चोला पा भी सही, तेरी लुड़दी हंदी कसम है, त्राए दफा शहजादे चोला लहाया भी है, चोला पाते भी है, हूं छोटे पुत्र का मुंह चमकिया दी, त्राए बारी वे भेरा को लिठे चोला लहेंदा, हूं तू एक बारी चोला लहा भी सही, पा भी सही, मैं तो गाजी दे अलम दी कसम है, हाथ कम ने तड़िया नहीं खुलदिया, हर परदार दे मुंह दे क्या दे गवाह रवाए, ना चोला लहा संदे ना चोला पा संदे, बीबी आदे लहेंदी माया पवेंदी माया समे दी शाबाश, कौन आदे नहीं रोंदे, कौन आदे नहीं रोंदे, भला हो गया, हौसला बाबा, हौसला बाबा, दोआ पुत्रां दे हाथ जन पेस वारिस दे सामने गिन आई है, बिस्मिल्लाह गिन वंजो, अमान मैदी हवाले रब दे, क्या केस अमान मैदी, एकदम मेरे नाल पूरा पिंडाल बोले, अगर मेरी सैन को बाबा जी मंजूर हो जा इन्हें गिरी इजाफा हो सी, बीबी क्या के अमान मैदी हवाले रब दे, अमानत का नाम है, छोटे शहजादे भी हाथ छुड़े, वड़े शहजादे भी हाथ छुड़े, इवें मां देखो निके निके हाथ बंदे ने, अम्मा 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 अगर अमान करके भेजना ही तो ना भेज, क्यों मैंने लाल आदे अम्मा जेड़ी हालत अमानत रीती वेंदी है ਉਹ ਹਾਲਤ ਜਮਾਨਤ ਵਾਪਸ ਗਿੱਧੀ ਵੈਂਦੀ, ਅਮਨ ਜਦੋਂ ਅਸਾਂ ਟੁਰਨ ਲੱਗੇ ਹਾਂ ਸਰਿੱਠੇ ਸਾਡਾ ਮਾਮਾ ਹੁਸੈਨ ਹੀ ਰੋਂਦਾ ਵਾ ਦਾਈ, ਸਾਡਾ ਮਾਮਾ ਅਬਾਸ ਹੀ ਰੋਂਦਾ ਵੇ ਤਾਂ ਉਹਨਾਂ ਦੇ ਰੋਣ ਤੋਂ ਪਤਾ ਲੱਗਦਾ ਜੋ ਸਾਡੋ ਖੈਰ ਕੋਈ ਨਹੀਂ। ਵਾਹ ਬਾਈ ਵਾਹ, ਵਾਹ ਬਾਈ ਵਾਹ, ਭਲਾ ਹੋ ਯਾਰ, ਭਲਾ ਹੋ, ਭਲਾ ਹੋ, ਮੈਂ ਜੀ ਡੇਰੇ ਦਾ ਹੁਣੇ ਗਿਰਿਆ ਸ਼ੁਰੂ ਹੋ ਗਈ, ਆ ਭਲਾ ਹੋ ਗਿਆ, ਭਲਾ ਹੋ ਸੈਯਦਾ ਝੋਲ ਚਾ ਕੇ ਦੁਆ ਪਿਆ ਮੰਗ ਨਹੀਂ ਅੱਜ ਈਦ ਨਹੀਂ ਆਈ, ਮੁਸਲਮਾਨ ਹੁਣ ਵੀ ਬਾਜ਼ਾਰਾਂ ਚ ਈਦ ਪਏ ਮਨਾਉਂਦੇ, ਝੋਲ ਚਾ ਕੇ ਦੁਆ ਪਿਆ ਮੰਗਣਾ, ਗੁਰਬਤ ਦੀ ਵਜ੍ਹਾ ਤੂੰ, ਕਹਿ ਮਜਬੂਰੀ ਦੀ ਵਜ੍ਹਾ ਤੂੰ, ਰਿਸ਼ਤੇਦਾਰਾਂ ਦੀ ਵਜ੍ਹਾ ਤੂੰ, ਕਹਿ ਜ਼ਾਲਿਮ ਦੀ ਵਜ੍ਹਾ ਤੂੰ ਦੁਆ ਮੰਗੀ ਕਰੋ, ਸ਼ਾਲਾ ਭੇਰਾ ਭੇਰਾਵਾਂ ਤੋਂ ਜੁਦਾ ਨਥੇ ਮਿਲ, ਪੁੱਤਰ ਮਾਂ ਤੋਂ ਜੁਦਾ ਨਥੀ ਮਿਲ, ਭੇਰਾ ਭੈਣਾਂ ਤੋਂ ਜੁਦਾ ਨਥੀ ਮਿਲ, ਪੰਜ ਸਾਲਾਂ ਵਾਸਤੇ ਬਾਬਾ ਜੀ ਕਹਿੰਦਾ ਪੁੱਤਰ ਬਾਹਰ ਦੇ ਮੁਲਕ ਵਹਿੰਦਾ ਪਿਓ ਹੈ ਨਾ, ਰਿਸ਼ਤੇਦਾਰ ਇਕੱਠੇ ਥੀਂਦੇ ਨੇ, ਲੰਗਰ ਤਕਸੀਮ ਕਰਕੇ ਵੀਰ ਉਹਨੂੰ ਕੋਈ ਕਹਿ ਮੇਨ ਸਟਾਪ ਤੇ ਗਿਰ ਵੈਂਦੇ ਨੇ, ਜਦੋਂ ਕਹਿ ਸਵਾਰੀ ਤੇ ਸਵਾਰ ਥੀ ਵੰਨੇ, ਉਹ ਕੋਸ਼ਿਸ਼ ਕਰਦੇ ਜੋ ਮੈਂ ਕੋ ਰੋਂਦਾ ਮੇਰੇ ਭੇਰਾ ਨਾ ਦੇਖੇ, ਉਹ ਈ ਤਰੀਕੇ ਨਾਲ ਭੇਰਾਵਾਂ ਕੋ ਸਲਾਮ ਕਰਕੇ ਚੁੱਪ ਕਰਕੇ ਟੁਰ ਵੈਂਦੇ, ਚਲੋ ਮੈਂ ਕੋਸ਼ਿਸ਼ ਕਰਦਾ ਜੋ ਹਰ ਅਜ਼ਾਦਾਰ ਕੋ ਸਤਰ ਸਮਝਾ ਕੇ ਨਾ, ਜਿਹੜੇ ਮੌਲਾ ਦੇ ਦਵਾਰ ਬੈਠੇ ਮੇਰੀ ਗਵਾਹੀ ਦੇ ਸੋ, ਜਿਹੜੇ ਨਹੀਂ ਵੀ ਗਏ ਮਾਲਕ ਤੇ ਕੋਈ ਸਾਲ ਗਿਣ ਵੰਜੇ, ਬਾਬਾ ਜੀ ਬੰਦੇ ਜ਼ਿਆਰਤ ਤੇ ਵੈਂਦੇ ਵੀਹ ਦੀਆਂ ਵਾਸਤੇ ਪੰਜੀ ਦੀਆਂ ਵਾਸਤੇ, ਹਰ ਜ਼ਵਾਰ ਤੇ ਹੀ ਟਾਈਮ ਔਖਾ ਆਉਂਦੇ, ਬੰਦੇ ਪਰੇਸ਼ਾਨ ਥੀ ਗਏ ਵੀ ਹੁਸੈਨ ਦੇ ਜ਼ਵਾਰ ਤੇ ਤੇ ਟਾਈਮ ਔਖਾ, ਮੈਂ ਕਹੂੰ ਹੁਸੈਨ ਦੀ ਗੁਰਬਤ ਦੀ ਕਸਮ ਹੈ, ਹਰ ਜ਼ਵਾਰ ਤੇ ਔਖਾ ਟਾਈਮ ਆਉਂਦੇ, ਉਹ ਕਿਹੜਾ ਟਾਈਮ ਆਉਂਦੇ ਜਿਹਦੀ ਸਲਾਰੇ ਕਾਫਲਾ ਦੇ ਆਏ ਜ਼ਿਆਰਤਾਂ ਕਰ ਗਏ ਜੋ ਅੱਜ ਵਤਨ ਤੇ ਵੰਡਣੇ ਸੀ, ਮੈਂ ਅੱਖੀ ਨਾਲ ਡਿੱਠੇ ਜ਼ਵਾਰ ਰੋਂਦੇ ਵਧੇ ਹੁੰਦੇ, ਇੱਕ ਮੈਂ ਗੱਲ ਲਈ ਵਧੇ ਹੁੰਦੇ, ਇੱਕ ਇੱਕ ਜ਼ਵਾਰ ਦੇ ਪਿੱਛੋਂ ਡੂ ਡੂ ਘੰਟੇ ਜ਼ਵਾਰ ਰੁਕ ਵੈਂਦੇ, ਉਹ ਜ਼ਵਾਰ ਆਵੇ ਬੈ ਜ਼ਵਾਰ ਨਾਰਾਜ਼ ਥੈਂਦੇ ਨੇ, ਯਾਰ ਡੂ ਘੰਟੇ ਥੀ ਗਏ ਅਸਲ ਇਹ ਤੇਰੀ ਇੰਤਜ਼ਾਰ ਕੀਤੀ ਹੈ, ਉਹ ਇੱਕ ਇੱਕ ਦੇ ਹੱਥ ਮੰਨ ਗਿਆ ਦੇ ਯਾਰ ਨਾਰਾਜ਼ ਨਾ ਤੂੰ, ਉਹ ਜ਼ਿੰਦਗੀ ਦਾ ਪਤਾ ਕੋਈ ਨਹੀਂ, ਵਲਾ ਆਂਦੇ ਹੈ ਜਾਂ ਨਹੀਂ ਆਂਦੇ, ਇਤਨੇ ਸਮਝਾਉਣ ਦੇ ਬਾਵਜੂਦ ਜਿਹੜਾ ਹੈ ਨਾ ਕਰੇ ਵਾ ਤਾਂ ਆਪਣੇ ਮੁਕੱਦਰ ਦਾ ਗਿਲਾ ਕਰੇ, ਹੁਸੈਨ ਦਾ ਜ਼ਵਾਰ ਦੇ ਜ਼ਿੰਦਗੀ ਦਾ ਪਤਾ ਕੋਈ ਨਹੀਂ, ਮੈਂ ਕੋ ਗਾਜ਼ੀ ਦੇ ਅਲਮ ਦੀ ਕਸਮ ਹੈ, ਅੱਬਾ ਜੰ ਭਣੇ ਨੇ ਟੁੰਡੇ ਲੈ ਉਹਦੇ ਜਿੱਥੇ ਦਿੱਤਾ ਭੇਣਾ ਖੜੇ ਹਨ, ਈ ਤਰੀਕੇ ਨਾਲ ਭੇਣਾ ਕੋ ਸਲਾਮ ਕਰਕੇ ਦੇ ਨਾ, ਚਲ ਸਾਡਾ ਆਖਰੀ ਸਲਾਮ ਹੋਣੇ ਅਸਾ ਵਲਾ ਜੀਦਾ ਕੋਈ ਨਹੀਂ ਮਲਰ ਸ਼ਾਬਾਸ਼, ਜਵਾਨੀ ਹੋ ਗਈ, ਜਵਾਨੀ ਹੋ ਗਈ, ਭੈਣਾ ਨਸੀਬ ਹੋਵੇ, ਮੈਂ ਤਾਂ ਕੋਸ਼ਿਸ਼ ਵੀ ਕਰੇ ਨਾ ਤਾਂ ਕੋਈ ਮੂਮੈਂਟ ਰਹਿ ਨਾ ਵਜੇ,
ਭੈਣ ਤੋਂ ਜੁਦਾ ਪਹਿਲਾ ਦੁੱਖ। ਪਹਿਲਾ ਦੁੱਖ ਸੁਣਾਵਾਂ, ਆਜ਼ਾਦਾਰਾਂ ਦੀ ਢਾਹ ਨਿਕਲ ਵੇ ਸੀ। ਪਹਿਲਾ ਦੁੱਖ ਇਹ ਇਹਦੇ ਮਜ਼ਲੂਮ ਮੈਂ ਨੇੜੇ ਦੇ ਰਹਿਣ, ਇਹਨਾਂ ਦਾ ਪਿਓ ਮਰੀਂਦਾ ਰਹਿਣ। ਪਿਓ ਦੇ ਬਾਅਦ ਬੋਲੋ ਕਹਿ ਦੋ ਅਗਲਾ ਦੁੱਖ। ਤਰਾਏ ਸ਼ਹੀਦ ਇਨ ਸੈਯਦਾਦਾ ਤਰਾਏ ਸ਼ਹੀਦ ਮਾਲਿਕ ਕੋਲ ਸਾਇਆ ਕਾਇਮ ਰੱਖੇ। ਤਰਾਏ ਸ਼ਹੀਦ ਇਨ ਜਿਹੜੇ ਬਜ਼ੁਰਗ ਬੈਠੇ ਹੋ ਮੇਰੀ ਗਵਾਹੀ ਦੇਸੋ, ਤਰਾਏ ਸ਼ਹੀਦ ਵੀਰ ਹੁਣ ਜਿਹਨਾਂ ਕੋ ਤਲਵਾਰ ਨੇਜ਼ੇ ਨਾਲ ਵੱਧ ਕੇ ਜ਼ੁਬਾਨ ਨਾਲ ਕਤਲ ਕੀਤਾ ਗਿਆ। ਇਮਾਮ ਹੁਸੈਨ, ਜਨਾਬ ਅਬਾਸ, ਹੁਸੈਨ ਦਾ ਵਕੀਲ, ਇਹਨਾਂ ਕੋ ਸਭ ਤੋਂ ਜ਼ਿਆਦਾ ਤਾਨੇ ਮਾਰੇ ਗਏ। ਹੁਸੈਨ ਦੇ ਵਕੀਲ ਕੋ ਕਦੇ ਤਾਨਾ ਮਾਰੇ ਨੇ, ਜਦੋਂ ਜੋੜੀ ਕੈਦ ਥੀ ਗਈ, ਹੱਕ ਬਣਦਾ ਹੀ ਕੈਦ ਕਰ ਗਈ ਦਾਨੇ, ਜੋੜੀ ਕੋ ਜ਼ਿੰਦਾਨ ਵਾਲੇ ਪਾਸੇ ਗਿਣ ਵੰਜਣਾ, ਕੈਦ ਖਾਨੇ ਵਾਲੇ ਪਾਸੇ ਗਿਣ ਵੰਜਣਾ। ਮੈਂ ਕੋ ਤੇਰੀ ਲੁੜਦੀ ਹੰਜ ਦੀ ਕਸਮ ਹੈ, ਕੈਦ ਖਾਨੇ ਵਾਲੇ ਪਾਸੇ ਨਹੀਂ ਗਿਣ ਗਏ। ਦੋਹਾਂ ਕੋ ਨਾਲ ਲਾ ਕੇ ਰੱਸੀਆਂ ਪਾ ਬੰਦ ਕਰਕੇ ਇੱਕ ਗਲੀ ਦੇ ਮੋੜ ਚੈਨ ਤੇ ਲਾਸ਼ ਪਈ ਆਈ। ਥੋੜੇ ਮੰਜਾ ਹਾਏ ਕੀਤੀ, ਥੋੜੇ ਮੰਜਾ ਮੈਂ ਤਾਂ ਅਦਬ ਨਾਲ ਵੱਧ ਵੀ ਗੁਜ਼ਰ ਗਈ ਹਾਂ। ਬਾਬਾ ਜੀ ਲਾਸ਼ ਤੇ ਆ ਕੇ ਨੁਹਾ ਸਜ਼ਾਦਿਆਂ ਖੜਾ ਕੇ ਤਾਨਾ ਮਾਰ ਕੇ ਆਦਨ ਲੁਕੇਂ ਦਾ ਜੋ ਵੀ ਆਵੇਂ ਦੇਖ ਤਾਂ ਸਹੀ ਅਸਾਂ ਕੈਦ ਕਰ ਗਏ ਦੇ। ਵਾਹ ਬਾਈ ਵਾਹ, ਵਾਹ ਬਾਈ ਵਾਹ, ਵਾਹ ਬਾਈ ਵਾਹ। ਕੈਦ ਮੇਰੀ ਮਜਲਿਸ ਵਿੱਚ ਅਮੀਰ ਹੀ ਬੈਠਣ, ਮੇਰੀ ਮਜਲਿਸ ਵਿੱਚ ਗਰੀਬ ਹੀ ਬੈਠਣ। ਜਿਹੜੇ ਅਮੀਰ ਉਹ ਮਾਲਿਕ ਬੱਚਣ ਦੇ ਨਸੀਬ ਕਰਨੇ, ਜਿਹੜੇ ਗਰੀਬ ਉਹ ਸਦਕੇ ਵੇਲੇ ਦਾ ਮਾਲਿਕ ਤੁਕ ਵਸੀ ਤੋਂ ਵਸੀ ਰਿਜ਼ਕ ਅਤਾ ਫਰਮਾ। ਦੁਨੀਆਂ ਦੀ ਗਰੀਬ ਮਾਂ ਪੂਰਾ ਸਾਲ ਬਾਬਾ ਜੀ ਪੁੱਤਰ ਦੀ ਭੁੱਖ ਬਰਦਾਸ਼ਤ ਕਰੇਂਦੀ ਹੈ, ਉਹ ਗਰੀਬ ਮਾਂ ਈਦ ਵਾਲੇ ਦੀ ਪੁੱਤਰ ਕੋ ਭੁੱਖਾ ਨਹੀਂ ਦੇਖ ਸਕਦੀ। ਮੈਂ ਦੁੱਖ ਉਹਨਾਂ ਦੇ ਸ਼ੁਰੂ ਕੀਤੇ ਜਿਹੜੇ ਈਦ ਵਾਲੀ ਰਾਤ ਹੀ ਭੁੱਖ ਰਹਿ ਗਏ। ਮੈਂ ਨੌਕਰ ਬਾਬਾ ਜੀ ਈਦ ਦੀ ਰਾਤ ਹਰ ਕੈਦੀ ਨੂੰ ਖਾਣਾ ਮਿਲਾ, ਦੋ ਯਤੀਮ ਬਾਲ ਭੁੱਲ ਗਏ, ਹਰ ਵਾਰਿਸ ਵਾਲੇ ਨੂੰ ਖਾਣਾ ਮਿਲਾ, ਦੋ ਬੇਵਾਰਿਸ ਭੁੱਲ ਗਏ। ਜਿਤਨੇ ਉਮਦੀ ਵਹਿਣ ਕਰਕੇ ਰਹਿੰਦੇ ਪਏ ਜਨਰਲ ਨੱਥੀ ਉਹ ਤਾਂ ਇਨ ਕਿਉਂ ਨਾ ਕਹਾ, ਹਰ ਉਮਦੀ ਕੋ ਖਾਣਾ ਮਿਲਾ, ਦੋ ਸੈਦ ਭੁੱਲ ਗਏ। ਅੱਧੀ ਰਾਤ ਦਾ ਟਾਈਮ ਹੈ ਤੇ ਵਹਿਣ ਹੈ, ਕਲਮਾ ਕਹਿੰਦਾ ਪੜ੍ਹਦੇ ਅੱਜ ਈਦ ਦੀ ਰਾਤ ਤੇ ਇੱਕ ਭੁੱਖਾ ਸਮਝੇ ਦੂਜਾ ਵੱਲ ਵੱਲ ਤੇਰੇ ਰਾਤ ਨੂੰ ਖੜਾ ਦੇ ਦੇ। ਉੱਟੇ ਦੀ ਨਜ਼ਰ ਕੁਝ ਨਹੀਂ ਸਿਆ, ਬਸ ਉੱਤੇ ਵੱਤ ਵਹਿਣਾ, ਬਸ ਉੱਤੇ ਵੱਤ ਵਹਿਣਾ, ਤਰਾਈ ਵਾਰੀ ਵਹਿਣਾ। ਕਿਆ ਡਿੱਠੇ ਇਹਦੀ ਘਰ ਵਾਲੀ ਹੈ, ਸਰ ਦੇ ਵਾਲ ਖੋਲੀ ਬੈਠੀ, ਮਿੱਟੀ ਦੇ ਬਹਿ ਕੇ ਰੋਂਦੀ ਬੈਠੀ, ਇਵੇਂ ਕੋਲ ਆ ਖੜੇ ਅੱਜ ਈਦ ਦੀ ਰਾਤ ਤੇ। ਹਰ ਮਾਂ ਪੁੱਤਰਾਂ 'ਚ ਖੁਸ਼ ਹੈ, ਈਦ ਦੀ ਰਾਤ ਤੂੰ ਮਿੱਟੀ ਤੇ ਬਹਿ ਕੇ ਕਿਉਂ ਰੋਂਦੀ? ਆਦੀ ਮੈਂ ਇਕੱਲੀ ਰੋਂਦੀ ਹਾਂ, ਅਤੇ ਵੀ ਕੌਣ ਰੋਂਦੇ? ਅੱਜ ਰੱਬ ਜਣੇ ਨਾ ਜ਼ਾਤ ਰਸੇਂਦੀ ਨਾ ਨਾਂ ਰਸੇਂਦੀ, ਕਾਲਾ ਬੁਰਕਾ ਪਾਇਆ ਦੋਵੇਂ ਹੱਥ ਪਾਸੇ ਤੇ ਰੱਖ ਕੇ, ਅਜੇ ਮੇਰੀ ਜੋੜੀ ਬੇਗੁਨਾਹ ਹੈ। ਇਹ ਆਪਣੀ ਪਹਿਚਾਣੀ ਤੇ ਹੱਥ ਮਾਰੇ, ਪਹਿਚਾਣੀ ਤੇ ਹੱਥ ਮਾਰ ਕੇ ਆਦੇ ਓਹੋ, ਉਹ ਉਹਨਾਂ ਬੱਚਿਆਂ ਦੀ ਮਾਂ ਉਸ ਜਿਹੜੇ ਬੱਚੇ ਮੇਰੇ ਕੈਦ ਖਾਨੇ 'ਚ ਕਹਿ ਦੇਣ, ਵਾਰਿਸ ਦੇ ਕਦਮ ਨੱਪ ਕੇ ਦੀ ਕਰੀ ਬਾਲ ਕੈਦ ਹੋਏ, ਅਦੇ ਹਿੰਨ ਬਾਲ ਹਿੰਨ ਕੈਦ, ਅੱਜ ਬਾਲ ਕਹਿ ਦੇਣ ਜੁਲ ਮੈਂ ਕੁੜੀ ਖਾ ਮੈਂ ਦੇ ਦੀਆਂ ਵਾਸਤੇ ਕਿੱਥੋਂ ਦੇਣ? ਉਹ ਜ਼ਾਤ ਦੇ ਕੌਣ ਥਿੰਦਣ? ਜ਼ਿੰਦਾਨ ਦੇ ਦਰਵਾਜ਼ੇ ਤੇ ਵਾਰਿਸ ਦੇ ਕਦਮ ਨੱਪ ਕੇ ਅਦੇ ਇੱਥੇ ਖੜਵਣ, ਤੂੰ ਅੰਦਰ ਨਾ, ਮਤ ਤੇਰੇ ਡਰ ਤੋਂ ਜ਼ਾਤ ਨਾ ਰਸਣ, ਮਤ ਤੇਰੇ ਡਰ ਤੋਂ ਨਾਮ ਨਾ ਰਸਣ। ਅਗਰ ਤੇਰੀ ਧਰਤੀ ਇਸ਼ਾਰੇ ਦੀ ਕਦਰ ਕਰੇ, ਤੇਰੀ ਧਰਤੀ ਤੇ ਸੈਯਦ ਇੱਕ ਇਸ਼ਾਰਾ ਕਰਨਾ ਚਾਹੁੰਦੇ, ਪਹਿਲਾ ਕਦਮ ਜ਼ਿੰਦਾਨ ਦੇ ਅੰਦਰ ਰੱਖਿਸ, ਵੱਡਾ ਸ਼ਹਾਦਤ ਨੂੰ ਯਾ ਸਰ ਤੇ ਰੱਖ ਕੇ ਆਦਾ ਇਹ ਕੁਝ ਵੱਧਦੇ, ਤੇਰੀ ਲਾਸ਼ ਲੱਭੇ ਤਾਂ ਮੈਂ ਰੋਵਾਂ।
जना समझे उन्हां दे वैण बुलंद हो गए, चोटियां दे बोसा दिते। मैं सैयद आदर आना भला हो, तुसा आजादार आखो भला हो, मुंह चमकिया दे लाल, नींद नहीं भी आई। जरा पूछन ना नींद नहीं भी आई। सैदादे दी अखा मस पई, सैयदादे इंसाफ आप करें, वतन टुटे आसे, भेण दा आसरा खत्म किया, बाबे दा आसरा शुरू किया, असा दे दे रहे, साडा प्यो मरिंदा रहे। सैयदादे जेड़े सामने सुता पैना, ये मेरा निका भीरा है, मैं इंदा वड्डा भीरा हूं। सैयदादे इंसाफ आप कर, परदेसी जिन्हां दे छोटे भीरा दुनिया तो टुर वंजन, वजह को नींद आंदी है। आ गया मजलिसी दर्द आ गया। मैं एक सत्र आखना चाहना, जिंदगी का पत्ता कोई नहीं। बाबा जी इतने दर्द ना लाके जल्दी नाल सजा दे कुछ इवें ला के आदि चुप कर। मैं आखे ना चुप कर, सजा दा रोंदे। आदि मैं आखे ना हौसला कर, सजा दा रोंदे। इवें बाबा जी थोड़ा जहा सीने नाल दुआ करके मुंह चुमके आदि रो नहीं। मैं इको सवाल करनी हूं, मैं को हिक्के सवाल का जवाब दे चा। जे मेरी सैन को मंजूर होया तेरी बेबस ढा निकल सी, मैं पाक मिंबर ते कने दावा नहीं कीता, तेरी अख जाने मुसाफिर शाम दी मोर जाने। सैयदा दे पुछ क्या पुछना चाहनी, मुंह चुमकिया दे ए दसा मां जींदी है? सैयदा दे जे डांसन टुरिया से तदे जींदी आई, जदां संतुरिया से तदे जींदी आई। ना इन साडा को गए, ना उन्हों को साको मिलना है। सैयदे में हथ कम जवानी हो गई, निके निके हथ बदने। सैयदा दे एक सवाल तय किते, जे नाराज नती में तो एक सवाल मैं करूं। आदि तू जितने सवाल कर मैं उतने जवाब देवा। सही निके निके हथ मन कह दे, तैं मेरी माँ दा पूछे तेरी औलाद है? अरे क्यों मेरी औलाद नाल कोई तो तालक है? सैयदा दे तालक नहीं, औलाद भी नफरत न करें। मेरे निके भरा दा सर झोलिच पाक का आख मां मिलन, मां दे ना सदे ना सुते। अगर मेरा भरा जाग पिया मैं तेरे हक की दुआ करे सा। अदे शहजादा इन नहीं, दो मेरी धीन मैं उन्होंने कुनार लई आवा। ओ भेण बन के जगे सन, मैं मां बन के जगे सा। अल्लाह करे सी तेरा भिरा जाग पोसी जी। हाय करें सैयद निके निके हाथ मार के आदे वत दसा कितनी धीया इनी आदि एडू। सैयद आदे किस्मत दी गल है, वतन ते सारी एडू है। हौसला बाबा, हौसला बाबा, जवानी हौसले ना बाबा जी। ए धीया को नाल ला के टुरी, जेड़ा मोमिन आदे मेरे दिल च कबारे हुसैन है। आंदा मजलिसी चा जाकर दे लफ दी समझ आंदी, अल्लाह जाने मेरे मुंह चो है क्यों नहीं निकलती। बाबा जी इतने पिंडाल चो मोमिन देखना चाहना, इनू ए धीया को नाल ला के जवानी होई टुड़ी, इनु वड्डे सजादे दी केड़ी हालत है? मेराद सर जाके थोड़े बाती बैठे ते मेराद मुंह चुम के आदा बैठे, तू जो मेरे नाल बोल पोया परदेस ने मैं क्यों कह जा मेहनत कर रहा हां? आदे तू जो मेरे नाल शाबाश शाबाश, तेरे जोड़ावण तो सद गए बाबा। मैं वेण दे करीब आ गई, राजी रासो लाल मैं जगा दे वा। सर झोलिज पातिस मुंह चुमकिया दे लाल अखी भाल, परदेस इज मां मिलन आई। बाबा जी आखा जो इस बोलें बोलें नहीं बोलें, दुए दिया कोल आके जन मन तू हट वन, तू सामने बह देख तो सही परदेस इच असा जगे नहीं है कि मैं जेड़े मातमी जवान बैठे हो तेरी बेवस ढा निकलनी चाहिए है। बाबा जी दुए दिया कोल आके सर झोली पाके मुंह चुमकिया दे बैठे ने, वीरों जाग न जाग मर्जी दी गल है, परदेस इन भेण ईद घिनण है नहीं। ओ जवानो ईद दा नाम है मिट्टी तो ढींदा है, गल च मां पा क्या दे रुण गए हैं। वाह भाई वाह, हौसला बाबा, हौसला जवानी जो भी हौसले ना।
मूं चमके दिलाल ए दसा औजाद दे कौन थिन दियो मैं इते ही किस सुणे न पिया जात दे कौन थिन दियो कोई बंदा कह ते सवाल करे कोई गरीब होवे कोई अमीर होवे विरो अगला बंदा केड़ी से नाल जवाब दे दे जुबान नाल मैं को पाक जनाजा दी कसम इतने डरे होए जने पूछन न जात दे कौन थिन दियो हक बणदा मुंह बोले ना मुंह नहीं बोले जो हां कण तो कमीज हटाई जिन्हें समझे उन्हें ढा निकल गई इनकी कंड ते निगाह पई आदियो मैं सदके दी मां तुहारी कंड जख्मी है तुहारी कंड च खून पिया वांदे लगदा है ते को छुड़ावण वाला कोई नहीं सैयदा दे जे को जात दसे ने ओ जुल्म करेंदे आदियो रोवो नहीं मैं तो को जामिन ने निया कौन जामिन आदियो मैं को जनाबे अब्बास दी कसम है मैं को जनाब सा थोड़ा मन्ना हाय कीती बाबा जी कहे बंदे ते बहुत ज्यादा दुख होवे वतन ना होवे परदेस होवे सैयदा दा रस्ते जो को अगर वसीला मिल वने वो बंदे दा हौसला वध वेंदे जदा के ना मैं को जनाब बे अब्बास दी कसम है कुछ ना सा वड्डा चुप बैठा रहे निका धमाद क्या दे केड़ा अब्बास आदि अली दा पुत्र हुसैन नबी सैयदा दे सा को अब्बास दी कसम है ऐसा सके उने भणे जे है सा को गाजी दी कसम है ऐसा सके उनी भेण दे शाबाश बलाओ यार तू तो इतना दर्दा ना रोने अली दी धी राजी हो गई तू तो इतना दर्दा ना रोने अब ये माँ को नसीब होने अच्छा मैं लाल रो नहीं तो आज कह दन छुट बैसा कह दन न छुटियां तुहारे माम में तो खत लिख सा कह दन छुट गई हर इस कमीने दे घर मेहमान था अल्लाह इन्दे तलानत करे एक घोड़े दे चढ़ के गुलेंदर है शाम मिले वापस वाले इन्दे खाना रखने दे चागिन तना खासा जना मुस्लिम दे लाल लफ्स हैं एक औरत आदि हया कर ये हराम सुते छोटे शहजादे को आलम ख्वाब च बाबा मिले बाबा बाबा करके उठे वड़े शहजादे दे उच्च नरो जो दुश्मन दे घर है आदे मैं नरो में ती बिया कौन रोवे होने मेरे को बाबा मिलना है एक बार नहीं पांच बार मेरा मुंह चुमके आदे रोवो नहीं मैं तो घिन अड़ा दिया हराम तड़प के उठे कौन है बच्चा मेहनत कर करो मना एक औरत आदि कहे हमसाए दबा लो आदे नहीं एक कहे बेवारस बच्चे दी आवाज सामने वाले कमरे की चाबी दे चाबी गुम हो गई है ये पत्थर का टुकड़ा छा ये ताले ते मारे बाजी मैं अदरा ना ताले ते नहीं लगा यतीम जिगर ते लगे सैयदा तेरा मेहमान हुसैन मजाकेरा अठ दफा दा अकबर दे बाबे दा दरबार कुछ दिन बाद बाती वेंदा पिया ये हथ बदी खण मेरे हथ बनन ना मोमिन दी अख नहीं वसनी मैं जितने वारी भी हथ मनन मेरे हथ नाल तेरी अख नहीं वसन और जड़ा तेरा आंसू है ना आंसू एक भूल के भी कह दे अख ते जाया ना करें ये बड़ा कीमती आंसू है कुछ मोमना कोई दी कीमत दा पत्ते कुछ मोमना कोई दी कीमत दा पत्ता कोई ए बाबा जी मैं अलम ते हथ रखी खण अगर मेरी कसम ते यकीन आवे चा करें चा अगर मेरी कसम ते यकीन ना आवे अपनी पसंदी दे उलमा कन पूछे भाई इमाम हुसैन दा छोटा जिया जाकिर ही जात दा सैयद है अठ दफा दा दबा रही ओ कसम चा के सा कोई गल कीती सा को दसा गल कितनी हद तक सच्ची ओ ते को अक्सी सही है जड़ी गल कर गए मुकम्मल सच्ची तेरा आंसू इतना कीमती है गाजी दे अलम दी कसम चा के दा पिया ई आंसू दी वजह तो मोहम्मद दी धी मर्दा चावेंदी तेरे चेहरे वाले पासे रुमाल बधा के आ दे मैं को खाली न वाला मैं उमर दी खाली वाला ये माँ को नसीब हो हैं जनाजे ऊं मेले आसन जड़े मैं आखसा लेकिन मैं जानना जनाजे होमने के नूं करीबी हैं पहले वेण ते रोवण ना आवे इस बच्चे तो जाके आखरी आजादार तक मैं नहीं जानता चौदह जानने पहले वेण ते रोवण ना आवे इतनी है करें तेरी है दी आवाज जनाजे तक पहुंचे जितम भिरावन दे जनाजे हुए नु तब भेण आबान शाम मिले तेरे मेरे हक की दुआ करके वो सफर जो करने नु टुरो बिनन एक मैं सवाल करे ना तुसे जवाब ले मैं शुरू करा थोड़ा मैं एक दवाज खोल ले से भी रोड
مہمان نواز لوگ ہو، مہمان ستے ہیں، مہمان ستے ہیں، میزبان اٹھو، مہمان ستے پہن، میزبان اٹھو، مہمان گلیندا ہے، مہمان گلیندا ہے، مہمان جو ہے جن میزبان ونجیا روح نال چکر کے تر پے دیکھو اج سمجھ ائی جیو جی یاد چلا ہے نا دیوار بخارے میں نہ نکا میرا تر نہیں سکتا جڑے مومن دی ملت کی دیا دے جانتا کو ہے نہیں کر سکتا چھوٹے دعا جا کے بڑے کمار لگے سیدہ دے ایتھا نمار آدھے کیوں نمارا سیدہ دے جیتا تو مرنے سانی بعد چمر دی جائے سیدہ دے حیاء تیرے مہمان ہے آگئی لاہور دی ملکہ مقام جلال اب بھی ماں کو نصیب ہوئے حسن اب بھی ماں کو نصیب ہوئے باڑی روحان کو نال لائس نو تھمبے دے نال کرسیاں لگی ہیں کرسیاں پڑھنا بابا جی کچھ جی پہلے تارے کنوں میں پڑھائی ان ستر تے میری مجلس مکمل ہو گئی آج وہ اشارہ ہی دھرتی تے کرنا چاہنا بابا جی کرسیاں کون ہیں نے تھمبے بس سنو اے تھمبے وڈے دا منہ ایڈے چھوٹے دا منہ ایڈے جے کو جان سمجھ نہیں آئی وڈے دے ہاتھ نیں چھوٹے دے ہاتھ نال ملے ہوئے توڑی جی دیر مریا وڈا پیچھے منہ کر کے آگیا تھک دن پیا آگے ویرن میری ہتلیا زخمی میں کڑ نہ سکدا او میرے پیر پھٹ گئے میرے پیراں تے بھرا مانگے میں سمجھا کے پڑھ گیا تو جدے ویسے نا
मेरी सैन को मंदूर तो नहीं रहता वैसे वे सजा दे बाबा जी चोला लहाए ना छोटे कन चोला नहीं लहा जिदे कुत्ते दा पुत्र मिले निकल सना दा निकल के हाथ बदी वदे आदा वदे मैं कुमा पवे नहीं रही आई मैं चोला कलिए ग नहीं नहीं बदे आदे मैं कुमे इशारा लाजमी करने जेड़ा कुल्लन खेल में कीता आरजी लाज को मजलिस मेरी नेट ते मौजूद है इंदे बाद न में पड़े ते न मोमना को होश रिए छोटा दे दा कड़ा वड़े गर्दन जो कही भाई जान हुन जनाजे करीब रखो जेड़े हल्के दिमाग में थे जनाजे तदा संजन में अक्सा अल्लाह वास्ते मेरा यो इशारा समझे बाबा जी अगर भिरा जवान होवन पत भिरावां दे बदले खिनी देन अगर भिरा जवान होवन पत भिरावां दे बदले